ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਅੱਜ ਮੈਂ ਤੁਹਾਨੂੰ ਸ਼ੇਅਰ ਕਰਨ ਜਾ ਰਹੀ ਹਾਂ ਮੇਰੀ YouTube ਦੀ ਜਰਨੀ ਮੈਂ ਸਟਾਰਟਿੰਗ ਕੀਤੀ ਸੀ 에리카 ਦੀ ਵੀਡੀਓ ਤੋਂ 에리카 ਦੇ ਨਾ ਸਕੂਲ ਦੇ ਵਿੱਚ ਨਾ ਕੋਈ ਕੰਪੀਟੀਸ਼ਨ ਚੱਲ ਰਿਆ ਸੀ ਐਮਬੈਸਡਰ ਆਫ ਹੋਪ ਦਾ ਤੇ ਉਹ ਲੋਕਡਾਊਨ ਸੀਗਾ ਤੇ ਉਦੋਂ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਇੱਕ YouTube ਚੈਨਲ ਬਣਾਓ ਤੇ ਉਦੇ ਉੱਤੇ ਵੀਡੀਓ ਤੁਸੀਂ ਅਪਲੋਡ ਕਰਨੀ ਹੈ ਵੀ ਸੋਸ਼ਲ ਪ੍ਰੋਫਾਈਲ ਹੋਣੀ ਚਾਹੀਦੀ ਤੁਹਾਡੀ ਜਿਆਦਾ ਫੇਸਬੁੱਕ ਤੇ ਸ਼ੇਅਰ ਕਰੋ ਜਾਂ YouTube ਤੇ ਜਾਂ ਦੋਨਾਂ ਤੇ ਤੇ ਫਿਰ ਅਸੀਂ ਉਹਨਾਂ ਬੱਚਿਆਂ ਨੂੰ ਸਰਟੀਫਿਕੇਟ ਦਵਾਵਾਂਗੇ ਤਾਂ ਮੈਂ ਐਵੇਂ ਕਰਕੇ ਨਾ ਅਪਲੋਡ ਕਰ ਦਿੱਤੀ ਐਰੀਕਾ ਦੀ ਵੀਡੀਓ ਤੇ ਫਿਰ ਐਰੀਕਾ ਨੂੰ ਐਮਬੈਸਡਰ ਆਫ ਹੋਪ ਦਾ ਆ ਵੀ ਗਿਆ ਸੀ ਸਰਟੀਫਿਕੇਟ ਇਸ ਤਰ੍ਹਾਂ ਮੈਂ ਪਹਿਲਾਂ ਪਾਈ ਵੀਡੀਓ ਫਿਰ ਮੈਂ ਇੱਕ ਵਾਰੀ ਸੂਟ ਦੀ ਵੀਡੀਓ ਪਾਈ ਫਿਰ ਮੇਰੇ ਮਨ ਚ ਆਇਆ ਮੈਂ ਕਿਹਾ ਵੀਡੀਓ ਪਾ ਕੇ ਦੇਖਦੀਆਂ ਤੇ ਫਿਰ ਮੈਂ ਸਟਾਰਟਿੰਗ ਕੀਤੀ ਤਾਂ ਮੈਂ ਆਪਣੀ ਪਹਿਲਾਂ ਪੈਨਸਲ ਕਿੱਟ ਤੋਂ ਸਟਾਰਟ ਕੀਤੀ ਸੀਗੀ ਤੇ ਮੈਂ ਸ਼ਾਇਦ ਪਾਈ ਵੀ ਇਹੋ ਵੀਡੀਓ ਹੱਲੀ ਤੱਕ ਹੈਗੀ ਐ ਫਿਰ ਮੇਰੇ ਪੇਕਿਆਂ ਦੀ ਤੇ ਐਵੇਂ ਕਰਕੇ ਨਾ ਸ਼ੁਰੂਆਤ ਹੋ ਗਈ ਪਰ ਮੈਂ ਕਦੀ ਮੈਨੂੰ ਇਹ ਨਹੀਂ ਪਤਾ ਸੀ ਵੀ ਰੈਗੂਲਰ ਵੀਡੀਓ ਪਾਣੀਆਂ ਹੁੰਦੀਆਂ ਮੈਨੂੰ ਜਦੋਂ ਕਦੀ ਟਾਈਮ ਮਿਲਦਾ ਨਾ ਮੈਂ ਉਦੋਂ ਹੀ ਵੀਡੀਓ ਬੰਦੀ ਸੀਗੀ ਤੇ ਪਾंदे-ਪਾंदे ਕਰਦੇ-ਕਰਦੇ ਕੋਈ 50 ਕੇ 60 ਵੀਡੀਓ ਹੋ ਗਈਆਂ ਤੇ ਫਿਰ ਮੈਨੂੰ ਲੱਗਿਆ ਕਿ ਹਾਂ ਹੁਣ ਮੈਨੂੰ ਕੰਟੀਨਿਊ ਕਰਨਾ ਚਾਹੀਦਾ ਹੈ ਪਹਿਲਾਂ ਤਾਂ ਮੈਂ ਬਸ ਖੁਸ਼ੀ-ਖੁਸ਼ੀ ਚੀਤੇ ਕੋਚੇ ਐਵੀ ਸੀਗਾ ਵੀ ਜੋ ਵੀ ਵੀਡੀਓ ਪਾਵਾਂਗੀ ਉਹ ਮੇਰੀਆਂ ਯਾਦਾਂ ਮੇਰੇ ਕੋਲ ਰਹਿਣਗੀਆਂ ਕਿਉਂਕਿ ਆਪਾਂ ਜਿਆਦਾ ਤਾਂ ਜਦੋਂ ਮੋਬਾਈਲ ਦਾ ਸਪੇਸ ਭਰ ਜਾਂਦਾ ਤਾਂ ਡਿਲੀਟ ਕਰ ਦਿੰਨੇ ਆ ਤੇ ਉਹ ਇਹ YouTube ਦਾ ਇਹ ਫਾਇਦਾ ਹੈ ਕਿ ਇੱਥੇ ਆਪਣੀ ਕੋਈ ਵੀ ਵੀਡੀਓ ਡਿਲੀਟ ਨਹੀਂ ਹੋਏਗੀ ਜਿੰਨ ਤੱਕ ਆਪਾਂ ਖੁਦ ਡਿਲੀਟ ਨਹੀਂ ਕਰ ਦੇ ਤਾਂ ਕਰਕੇ ਮੈਂ ਵੀਡੀਓਜ਼ ਪਾ ਰਹੀ ਸੀ ਫਿਰ ਮੇਰੇ ਮਨ ਚ ਆਇਆ ਕਿ ਕਿਉਂ ਨਾ ਮੈਂ ਇੱਕ ਅੱਛੀ YouTuber ਬਣਾ ਮੈਨੂੰ ਜੋ ਲੱਗਿਆ ਮੈਂ ਉਹ ਪਾਈਗੀ ਵੀਡੀਓ ਕਦੀ ਕੁਕਿੰਗ ਦੀ ਪਾਈ ਕਦੀ ਸਟਿਚਿੰਗ ਦੀ ਪਾਈ ਕਦੀ ਕੋਈ ਵਲੌਗ ਪਾਦਾ ਪਰ ਹੁਣ ਜਿਹੜਾ ਆਹ ਟਾਈਮ ਚੱਲ ਰਿਹਾ ਹੈ ਨਾ ਹੁਣ ਮੈਨੂੰ ਪਤਾ ਲੱਗਿਆ ਕਿ YouTube ਤੇ ਅਗਰ ਸਕਸੈਸ ਹੋਣਾ ਹੈ ਤਾਂ ਕੰਟੀਨਿਊ ਵੀਡੀਓ ਪਾਣੀ ਹੀ ਪਹੇਗੀ ਆਦਰਵਾਇਜ਼ ਤੁਸੀਂ ਸਕਸੈਸ ਨਹੀਂ ਹੋ ਸਕਦੇ ਔਰ ਮੈਂ ਕਈ ਦਿਨਾਂ ਤੋਂ ਇਸੇ ਕਰਕੇ ਮੈਂ ਰੈਗੂਲਰ ਵੀਡੀਓ ਪਾ ਰਹੀ ਹਾਂ ਜਦੋਂ ਮੈਂ ਰੈਗੂਲਰ ਵਿੱਚ ਪਹਿਲਾਂ ਲਿਖਿਆ ਸੀ ਨਾ ਨਿਊ ਬਿਗਨਿੰਗ ਵੀ ਡੇਲੀ ਵਲੌਗ ਆਏਗਾ ਉਦੋਂ ਮੈਂ ਇੱਕ ਦੋ ਵੀਡੀਓ ਸਟਾਰਟ ਹੀ ਚੱਲੀ ਪਾਈਆਂ ਸੀ ਤੇ ਸਾਰੇ ਜਿੰਨੇ ਮੇਰਾ ਮਜ਼ਾਕ ਉਡਾਨ ਲਾਗੇ ਲੈ ਇਹਨੂੰ ਤੁਹਾਨੂੰ ਹੋਰ ਕੋਈ ਕੰਮ ਹੀ ਹੈ ਨਹੀਂ ਡੇਲੀ ਵਲੌਗ ਪਾਉਂਦੀ ਹੈ ਲਾਉਣ ਨੇ ਦੱਸਿਆ ਕਰਈਏ ਸਾਡੇ ਘਰੇ ਕੀ ਬਣਿਆ ਮੈਨੂੰ ਇਸ ਤਰ੍ਹਾਂ ਦੀ ਗੱਲਾਂ ਮੈਨੂੰ ਕਾਫੀ ਸੁਣਨ ਨੂੰ ਮਿਲਦੀਆਂ ਸੀਗੀਆਂ ਤਾਂ ਮੈਂ ਕਹਿੰਦੀ ਸੀ ਚੱਲ ਕੋਈ ਗੱਲ ਨਹੀਂ ਫੇਰ ਕਿ ਮੈਂ ਕੋਈ ਕੰਮ ਤਾਂ ਕਰ ਰਹੀ ਆ ਨਾ ਐਟਲੀਸਟ ਮੇਰੇ ਮਨਪਸੰਦ ਦਾ ਵੀ ਹੈ ਮੈਨੂੰ ਅੱਛਾ ਲੱਗਦਾ ਮੈਨੂੰ ਇਹ ਐ ਨਹੀਂ ਕਿ ਮੈਂ ਆਪਦੇ ਨਾਮ ਜ਼ਬਰਦਸਤੀ ਕਰਦੀ ਆ ਤਾਂ ਵੀਡੀਓ ਪਾਉਣੀ ਆ ਤੇ ਕੋਈ ਮੈਂ ਇੰਨਾ ਕੋਈ ਉਹਦੇ ਵਿੱਚ ਕੋਈ ਇੰਨਾ ਬਹੁਤ ਹਾਈ ਫਾਈ ਵੀ ਨਹੀਂ ਪਾਇਆ ਇੱਕ ਸਿੰਪਲ ਰਹਿਣਾ ਮੇਰਾ ਕਈ ਨੂੰ ਪਸੰਦ ਆਉਂਦਾ ਹੁੰਦਾ ਸੀਗਾ ਹੁਣ ਵੀ ਨਹੀਂ ਆਂਦਾ ਕਹਿੰਗੇ ਉਹੀ ਕੱਪੜੇ ਪਾਈ ਫਿਰਦੀ ਰਹਿੰਦੀ ਆ ਸਾਰਾ ਕੁਝ ਟੈਸਟ ਕਰਕੇ ਨਾ ਮੈਨੂੰ ਇੱਕ ਵਾਰ ਤਾਂ ਇਹ ਵੀ ਕਹਿਤਾ ਲੈ ਤੇਰੇ ਬੜੇ ਕੋ ਵਿਊਜ਼ ਆਉਂਦੇ ਤੇਰਾ ਕੋ ਬੜੇ ਸਬਸਕ੍ਰਾਈਬਰ ਹੈਗੇ ਆ ਤੈਨੂੰ ਕੌਣ ਵੇਖੇਗਾ ਮੈਂ ਕਿਹਾ ਚੱਲ ਮੈਂ ਤਾਂ ਆਪਦੀ ਕੋਸ਼ਿਸ਼ ਕਰ ਹੀ ਸਕਦੀ ਆ ਨਾ ਧੀਰੇ ਧੀਰੇ ਵੱਧ ਜਾਣਗੇ ਸਬਸਕ੍ਰਾਈਬਰ ਮੈਂ ਕਿਹਾ ਮੈਨੂੰ ਐਨਾ ਕਿਉਂਕਿ ਕੋਈ ਵੀ ਜਿਹੜਾ ਨਵਾਂ ਆਂਦਾ ਨਾ ਪਹਿਲਾਂ ਟਾਈਮ ਤਾਂ ਲੱਗਦਾ ਹੀ ਹੈ ਉਹਨੂੰ ਤੇ ਮੈਨੂੰ 2 ਸਾਲ ਤਾਂ ਹੋ ਹੀ ਗਏ ਹੈ ਪਰ ਰੈਗੂਲਰ ਨਹੀਂ ਸੀ ਮੈਂ ਕੋਈ ਵੀ 2 ਸਾਲ ਰੈਗੂਲਰ ਕੋਈ ਵੀਡੀਓ ਨਹੀਂ ਪਾਈ ਕਈ ਵਾਰੀ ਜਿਵੇਂ ਕਿਸੇ ਘਰ 'ਚ ਕੋਈ ਦੁੱਖ ਆਇਆ ਜਾਂ ਕਿਸੇ ਡੈਥ ਹੋ ਗਈ ਤਾਂ ਮੈਂ 1.5-2 ਮਹੀਨਾ ਵੀਡੀਓ ਕੋਈ ਨਹੀਂ ਪਾਈ ਐਵੇਂ ਕਦੀ ਮੈਂ ਅਪਸੈਟ ਹੁੰਦੀ ਸੀ ਤਾਂ ਨਹੀਂ ਵੀਡੀਓ ਬਣਦੀ ਸੀ ਬਟ ਹੁਣ ਮੈਂ ਦੇਖਿਆ ਜਿੰਨੇ ਵੀ ਸਕਸੈਸ ਯੂਟਿਊਬਰ ਹੈ ਉਹ ਰੈਗੂਲਰ ਵੀਡੀਓਜ਼ ਬੰਦੇ ਆ ਜਿੰਨੇ ਮਰਜੀ ਆਪਸ ਡਾਊਨ ਆ ਜਾਣ ਵੀਡੀਓ ਤੇ ਕਦੀ ਪਾਣੀ ਜ਼ਰੂਰੀ ਹੁੰਦੀ ਹੈ ਇਸ ਕਰਕੇ ਹੁਣ ਮੈਂ ਵੀ ਵੀਡੀਓ ਸਾਰੀਆਂ ਪਾ ਰਹੀ ਹਾਂ ਲਗਾਤਾਰ ਦੇਖੋ ਮੈਨੂੰ ਕਦੋਂ ਮਿਲਦੀ ਸਕਸੈਸ ਤੇ ਮੈਂ ਖੁਸ਼ ਹਾਂ ਕਿ ਮੈਂ ਡੇਲੀ ਵੀਡੀਓ ਪਾ ਰਹੀ ਹਾਂ ਪਹਿਲਾਂ ਮੈਨੂੰ ਲੱਗਦਾ ਸੀ ਮੈਂ ਡੇਲੀ ਵੀਡੀਓ ਪਾਵਾਂਗੀ ਕਿਵੇਂ ਮੇਰੇ ਕੋਲ ਟੌਪਿਕ ਕੀ ਹੋਣਗੇ ਹੁਣ ਮੈਂ ਜਿਵੇਂ ਜਿਵੇਂ ਵੀਡੀਓਸ ਪਾ ਰਹੀ ਹਾਂ ਮੇਰੇ ਕੋਲ ਕੋਈ ਨਾ ਕੋਈ ਟੌਪਿਕ ਆ ਜਾਂਦਾ ਆਟੋਮੈਟਿਕਲੀ ਸਵੇਰ ਤੋਂ ਜਿਵੇਂ ਮੈਂ 5:30 ਵਜੇ ਅਪਲੋਡ ਕਰਦੀ ਹਾਂ ਨਾ ਵੀਡੀਓ ਤੇ 3:30 ਵਜੇ ਤੱਕ ਕਈ ਵਾਰ ਨਹੀਂ ਵੀ ਕੋਈ ਮੈਂ ਸੋਚ ਪਾਂਦੀ ਟੌਪਿਕ ਤੇ ਅਚਾਨਕ ਚਾਰ ਜਿਵੇਂ 4:00 4:30 ਹੁੰਦੇ ਹਨਾ ਮੈਨੂੰ ਉਹਨਾਂ ਵੀ ਵੀਡੀਓ ਅਪਲੋਡ ਕਰਨੀ ਹੈ ਕੋਈ ਟੌਪਿਕ ਸੋਚਾ ਫਟਾਫਟ ਫਿਰ ਮੈਂ ਅਪਲੋਡ ਕਰਦੀ ਹੈ ਚਾਹੇ ਛੋਟੀ ਕਰਾ ਚਾਹੇ ਵੱਡੀ ਵੀਡੀਓ ਜ਼ਰੂਰ ਕਰਦੀ ਹੈ ਇਸ ਤਰ੍ਹਾਂ ਮੇਰੀ ਜਿਹੜੀ ਜਰਨੀ ਚੱਲ ਰਹੀ ਹੈ ਤੇ ਤੁਹਾਡੇ ਹੁੰਦੇ ਆ ਮੈਂ ਹੋਰ ਸਕਸੈਸ ਪਾ ਸਕਦੀਆਂ ਜਿੰਨੇ ਜਿੰਨੇ ਸਬਸਕ੍ਰਾਈਬਰ ਆਈ ਜਾਣਗੇ ਵੀ ਸਕਸੈਸ ਹੋਰ ਅੱਗੇ ਜਾਏਗੀ ਮੈਂ ਚਾਹ ਰਹੀ ਵੀ ਐ ਕਿ ਮੈਂ ਇੱਕ ਸਕਸੈਸ ਯੂਟਿਊਬਰ ਬਣਾ ਤੇ ਉਹਨਾਂ ਨੂੰ ਵੀ ਦਿਖਾਵਾਂ ਕਿ ਆ ਦੇਖੋ ਮੇਰੀ ਮਿਹਨਤ ਦਾ ਫਲ ਜੋ ਮੈਨੂੰ ਗੱਲਾਂ ਕਰਦੇ ਆ ਓਕੇ ਜੀ ਫਿਰ ਮਿਲਦੀ ਆ ਨੈਕਸਟ ਵਲੌਗ ਦੇ ਵਿੱਚ ਅੱਜ ਦੀ ਵੀਡੀਓ ਮੈਂ ਇੱਥੇ ਐਂਡ ਕਰਦੀ ਆ hope ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਏਗੀ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਓਕੇ ਜੀ ਬਾਏ